ਸੀ ਨਖਰਾ ਚੱਲਦੇ ਨਹੀਂ ਹੁਸਨਾਂ ਦੀਆਂ। ਅਸਲਾਮੁ ਅਲੈਕੁਮ ਜੀ, ਠੀਕ ਠਾਕ? ਮੈਂ ਆਪਕਾ ਮਿਜ਼ਬਾਨ ਅਨਸ ਅਲੀ। ਅਦੇ ਕੰਨੇ ਵਲੌਗ ਸਟਾਰਟ, ਵੀਡੀਓ ਛੱਡ ਗਈ, ਸ਼ੇਅਰ ਐਂਡ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ। ਕਿ ਜਿਵੇਂ ਕਿ ਤੁਸੀਂ ਵੇਖ ਲਿਆ, ਤਾਗਾ ਜਾਂ ਅਸੀਂ ਮਿਲ ਲਿਆ। ਮੈਂ ਨਾ 2 ਮਹੀਨੇ ਹੁੰਦੇ ਪਿੰਡ, ਸਾਡਾ ਪੈਂਪ ਕੋਈ, ਅਤੇ ਅਸੀਂ ਜਿੰਨਾ ਛੋਟਾ ਜਿਹਾ ਪੈਂਪ ਹੈ ਉਹ ਵੇਖ ਲਓ, ਇੱਥੇ ਤਾਂਬੀਆਂ ਰੱਖ ਕੇ ਅਤੇ ਜਿੰਨਾ ਖੋਦੀ ਉਹ ਭਰਨੇ ਆਏ ਜੇ। ਅਤੇ ਅੱਜ ਅਸੀਂ ਜਾ ਰਹੇ ਹਾਂ ਸ਼ਹਿਰ, ਅਤੇ ਅਸੀਂ ਅਗਰ ਚੁਲ ਜਾਣ ਲਈ ਉਸਾਂ, ਅਤੇ ਹੁਣ ਹੀ ਮੈਂ ਸੁੱਤਾ ਉੱਠਿਆ ਅਤੇ ਮੂੰਹ ਤੁਰਨੇ ਆ ਜਾਂਦੇ ਹਾਂ। ਵੀਰ ਤੁਹਾਡਾ ਜਿੰਨਾ ਕੈਲੰਡਰ ਹੋ ਗਿਆ ਇਹਦਾ, ਇਹ ਰਿਸ਼ਕੇ ਦਾ, ਕਿਉਂਕਿ ਜਿੰਨਾ ਸਵਾਰੀਆਂ ਲਾਉਣੀਆਂ ਜਾਣੀਆਂ ਤੁਹਾਡੇ ਵੀਰ ਨੇ ਇਹ ਠੇਕਾ ਪਾ ਲਿਆ। ਇੱਕ ਮਿੰਟ ਵਿੱਚ ਦੱਸਣਾ, ਠੀਕ ਹੈ ਕੰਮ ਰਿਸ਼ਕਾ ਬਾਈ ਸਾਹਿਬ ਹੋਰ ਕਿਸੇ ਦਾ? ਮੈਂ ਕਿਹਾ ਚਲੋ ਜਿੰਨਾ ਸਵਾਰੀਆਂ ਲਾਉਣੀਆਂ ਡਾਹਣੀਆਂ ਜਿੰਨਾ ਸਾਰਾ ਕੰਮ ਸਾ ਆਪ ਬਹੁਤ ਸਾਨੂੰ ਛੱਡ ਦਿੱਤਾ ਇੱਥੇ। ਬਿਲਕੁਲ ਛੱਡ ਦਿੱਤਾ, ਮਜ਼ਾਕ ਦੀ ਗੱਲ ਹੈ। ਹੋਸਪਿਟਲ ਆਇਆ ਕੁਛ ਇੱਥੇ ਜਿੰਨਾ ਕੰਮ ਸੀ ਅਤੇ ਉਹ ਕਰਨੇ ਆ ਇਹਦੇ, ਉਸ ਤੋਂ ਬਾਅਦ ਮੋਟਰਸਾਈਕਲ ਉਹ ਇੱਥੇ ਆਪਣੀ ਖੜੀ ਹੋਈ ਹੈ, ਕਿਉਂਕਿ ਛਾਂ ਸੀ ਇੱਥੇ ਗਰਾਜ ਇਹ ਬਣਿਆ ਇੱਕ ਸਾਹਿਬ ਦਾ, ਅਤੇ ਇੱਥੇ ਜਨਰੇਸ਼ਨ ਖਲੋਤਾ। ਮੈਂ ਕਿਹਾ ਚਲੋ ਇਹਦੇ ਉੱਤੇ ਹੀ ਬਹਿ ਜਾਂਦੇ ਹਾਂ, ਇਹਦੇ ਰਿਸ਼ਕਾ ਆਪਣਾ ਨਹੀਂ, ਪਤਾ ਨਹੀਂ ਕਿੱਦਾਂ ਹੈ ਕਿੱਦਾਂ ਨਹੀਂ। ਆਪਾਂ ਬਸ ਜੱਟ ਬੈਠੇ ਹਾਂ, ਅਤੇ ਜਿਵੇਂ ਅੰਮੀ ਜਾਨ ਵੀ ਆ ਜਾਂਦੇ ਨੇ ਦਵਾਈ ਲੈ ਕੇ, ਅਤੇ ਉਵੇਂ ਆਪਾਂ ਜਾਂਦਾ ਫਿਰ ਪੈਂਪ ਲੈਂਦੇ ਹਾਂ, ਅਤੇ ਫਿਰ ਜਾਂਦਾ ਕੁਛ ਹੋਰ ਕੰਮ ਹੈ ਅਤੇ ਉਹ ਵੀ ਕਰਦੇ ਹਾਂ। ਜਾਂ ਦੁਕਾਨ 'ਤੇ ਅਸੀਂ ਆ ਚੁੱਕੇ ਹਾਂ, ਅਤੇ 19 ਫੁੱਟ ਜਿੰਨਾ ਸਾਡਾ ਬਣਿਆ ਸੀ, ਅਸੀਂ ਚਲੋ 20 ਫੁੱਟ ਕਰਦੇ ਪੂਰਾ। ਅਤੇ ਹੁਣ ਬਾਈ ਜਾਨ ਜਿੰਨਾ ਪੈਂਪ ਲੈਣ ਗਏ ਹੋਏ ਨੇ, ਅਤੇ ਅਸੀਂ ਜਿੰਨਾ ਪੈਸੇ ਪੂਰੇ ਕਰ ਰਹੇ ਹਾਂ, 1000 ਰੁਪਇਆ ਬਣਨਾ 20 ਫੁੱਟ ਦਾ। ਅੰਮੀ ਜਾਨ ਪੈਸੇ ਪੂਰੇ ਕਰ ਰਹੇ ਨੇ, ਅਤੇ ਲਿਆਂਦਾ ਵੀ ਕਰੂ 1000 ਹੀ ਹੈ, 1000 ਆ ਗਿਆ। ਪਹਿਲੇ ਉਹ ਕਹਿ ਰਿਹਾ ਕਿ ਜਿੰਨਾ ਕਜ਼ਨ ਹੀ ਇੱਥੇ ਲੱਗਾ ਹੋਇਆ ਦੁਕਾਨ 'ਤੇ, ਵੀ ਪਹਿਲੇ ਜਾਣਾ ਸਾਨੂੰ ਬੋਤਲ ਪਵਾਉਗੇ, ਉਸ ਤੋਂ ਬਾਅਦ ਪੈਂਪ ਲਿਆਉਗੇ। ਉਹਦੇ ਵਿੱਚ ਜਾਣਾ ਉਹਨੇ 1000 ਦੇ ਵਿੱਚ 900 ਦੇਣਾ, 100 ਦੀ ਬੋਤਲ ਪਵਾ ਰਿਹਾ, ਅਤੇ ਬੋਤਲ ਪੀਂਦੇ ਹਾਂ ਅਤੇ ਪੈਂਪ ਲੈ ਕੇ ਜਾਂਦਾ। ਬੋਤਲ ਆ ਚੁੱਕੀ, ਜਿਵੇਂ ਤੁਸੀਂ ਜਿੰਨਾ ਚੈੱਕ ਕਰ ਲਿਆ ਹੋਣਾ ਕਿ ਬਾਈ ਜਾਨ ਜਿੰਨਾ ਇਹ ਕੁਤਰਦੇ ਪਏ ਨੇ ਉਹ ਵੀ ਗਵਾੜੀ ਦੇ ਨਾਲ, ਇਹ ਹੈ ਚਰੈਤਾ ਇੱਕ ਸਾਹਿਬ ਦਾ, ਜਿੰਨਾ ਇਹ ਜ਼ਮੀਨ ਦੇ ਵਿੱਚ ਹੁੰਦਾ ਉਹਦਾ ਖਾਲਿਆਂ ਬੰਨਿਆਂ 'ਤੇ, ਅਤੇ ਇਹ ਜਿੰਨਾ ਪੱਟ ਕੇ ਅਤੇ ਇਹਨੂੰ ਜਿੰਨਾ ਵੇਂ ਕੇ ਅਤੇ ਇਹਨੂੰ ਰਿੰਨ ਕੇ, ਅਤੇ ਜਿੰਨਾ ਇਹਦਾ ਪਾਣੀ ਹੁੰਦਾ ਨਾ ਉਹ ਤੁਸੀਂ ਪੀਓ ਨਾ, ਅਤੇ ਤੁਹਾਡਾ ਜਿੰਨਾ ਮੈਦਾ ਉਹ ਬਿਲਕੁਲ ਫਰੈਸ਼ ਹੋ ਜਾਂਦਾ ਇੱਕ ਸਾਹਿਬ ਦਾ। ਇਹ ਮੈਦੇ ਦਾ ਜਿੰਨਾ ਅੱਛਾ ਖੂਨ ਵਿੱਚ ਗਰਮੀ ਹੋਵੇ, ਜਿਹੜਾ ਵੀ ਕੋਈ ਮਸਲਾ ਹੋਵੇ ਨਾ ਕਿ ਖੂਨ ਦੇ ਬਕਾਇਦਾ, ਉਹ ਜਿੰਨਾ ਸੈੱਟ ਕਰ ਦਿੰਦਾ, ਮੈਦਾ ਵੀ ਬਿਲਕੁਲ ਸੈੱਟ ਕਰ ਦਿੰਦਾ। ਅਤੇ ਬਾਕੀ ਜਿੰਨਾ ਇਹ ਬਾਈ ਜਾਨ ਨੂੰ ਜਿੰਨਾ ਖੂਨ ਵਿੱਚ ਇੱਕ ਗਰਮੀ ਹੈ, ਅਤੇ ਨਾਲ ਜਿੰਨਾ ਮੈਦਾ ਇਹਦਾ ਨਹੀਂ ਸੈੱਟ ਹੋ ਰਿਹਾ, ਅਤੇ ਇਹਨੇ ਨਾ ਕਿਹਾ ਕਿ ਮੈਂ ਜਿੰਨਾ ਇਹ ਯੂਜ਼ ਕਰਨਾ ਇਹਦਾ। ਅਤੇ ਇੱਕ ਹਕੀਮ ਕੋਲ ਵੀ ਪੁੱਛਿਆ ਇਹਦਾ, ਉਹ ਵੀ ਜਿੰਨਾ ਸਾਡੇ ਕੋਲ ਇੰਨਾ ਥੱਬਾ ਪਾਟ ਕੇ ਲਿਆ, ਅਤੇ ਅਸੀਂ ਵੀ ਫਿਰ ਉਹਨਾਂ ਤੋਂ ਪੁੱਛਿਆ, ਅਤੇ ਫਿਰ ਅਸੀਂ ਵੀ ਜਿੰਨਾ ਪੁੱਟ ਕੇ ਲਿਆਂਦਾ ਇਹਦਾ। ਅਤੇ ਹੁਣ ਜਿੰਨਾ ਬਾਈ ਜਾਨ ਇਹਨੂੰ ਕੁਤਰਦੇ ਪਏ ਨੇ, ਅਤੇ ਕੁਤਰ ਕੇ ਫਿਰ ਜਿੰਨਾ ਪਤੀਲਾ ਲੈ ਕੇ ਨਾ ਵੱਡਾ ਸਾਰਾ, ਅਤੇ ਉਹਦੇ ਪਾਣੀ, ਅਤੇ ਜਿੰਨਾ ਕੋਈ ਜਿੰਨਾ ਇਹ ਰਿੱਝ ਜਾਵੇ ਉਹਨਾਂ ਕੋਲ ਜਿੰਨਾ ਪਾਣੀ ਇਹਦਾ ਇਹਨੂੰ ਸੈਰ 'ਤੇ ਕਰ ਦੇਣਾ, ਅਤੇ ਪਾਣੀ ਇਹਦਾ ਜਿੰਨਾ ਰੱਖ ਲੈਣਾ, ਅਤੇ ਇਹ ਸੁਬਾਹ ਨਰੀਨੇ ਆ ਇਹਨੂੰ ਪੀਣਾ ਇਹਦਾ। ਅਤੇ ਇੰਨਾ ਕੌੜਾ ਹੁੰਦਾ ਨਾ, ਅਤੇ ਛੱਡ ਗੱਲਾਂ ਦਿਓ, ਅਤੇ ਮੈਂ ਨਾ ਕਿ ਇਹਨੂੰ ਇਹ ਗੁੱਡ ਭਰ ਕੇ ਨਾ ਉਤੋਂ ਖੰਡ ਲੈਣੀ ਪੈਂਦੀ ਹੈ, ਇੰਨਾ ਕੌੜਾ ਹੁੰਦਾ ਇਹਦਾ। ਵਾਸਤੇ ਨਾ ਮਿੱਟੀ ਦਾ ਉਹ ਭਾਂਡਾ ਚਾਹੀਦਾ, ਸਾਡੇ ਕੋਲ ਹੈ ਕੋਈ ਨਹੀਂ, ਸਾਡੇ ਕੋਲ ਹੈ ਗੜੀ ਸਹੀ, ਪਰ ਉਹਦੇ ਵਿੱਚ ਠੰਡਾ ਪਾਣੀ ਅਸੀਂ ਕਰੀਦਾ, ਅਤੇ ਅਸੀਂ ਅੱਗੇ ਚੁੱਲ ਜਾਂ ਨਾ ਛੋਟੀ ਜਿਹੀ ਪਤੀਲੀ ਲੈ ਲੈਂਦਾ, ਅਤੇ ਇਹਦੇ ਵਿੱਚ ਬੇਕ ਰੱਖਣੇ ਆ ਇਹਦੇ। ਇਹ ਸ਼ਰਬਤ ਬਣਿਆ ਨਾ, ਮੈਂ ਨਾ ਕਿ ਜਿੰਦੇ ਬੰਦਿਆਂ ਦੇ ਮੈਦੇ ਖਰਾਬ ਹੈ ਨਾ ਸੈੱਟ ਹੋ ਜਾ ਸਣ। ਚਲੋ ਜੀ, ਪਾਣੀ ਰੈਡੀ, ਸ਼ਰਬਤ ਇਹ ਤੁਹਾਨੂੰ ਵੀ ਜਾਣਾ ਫਾਇਦੇਮੰਦ ਸੀ, ਅਤੇ ਪੂਰਾ ਮੈਂ ਜਾਣਾ ਇਹਦਾ ਤਰੀਕਾ ਤੁਹਾਨੂੰ ਦੱਸਣਾ ਇਹਦਾ, ਅਤੇ ਤੁਸੀਂ ਵੀ ਜਾਣਾ ਖਾ ਲਿਆ ਬੰਨਿਆ ਤਾਂ ਜਾ ਕੇ ਨਾ ਆਪਣੇ 'ਤੇ, ਅਤੇ ਇੱਦਾਂ ਦਾ ਹੋਣਾ ਇਹਦਾ, ਅਤੇ ਉੱਥੋਂ ਪੁੱਟ ਕੇ ਅਤੇ ਲਿਆਵੋ ਤੁਸੀਂ ਵੀ ਬਣਾਵੋ। ਬਸ ਪਾਣੀ ਹੋ ਗਿਆ ਹਾਫ, ਇਹਨੂੰ ਹੁਣ ਬੇਂਕ ਰੱਖ ਦੇਣਾ। ਆਹਾ ਮੁੜ ਜਿਹੜਾ ਸ਼ਰਬਤ ਬਣਨਾ ਨਾ ਕਮਾਲ ਦਾ, ਇੱਦਾਂ ਹਲਾ ਦੇ, ਇੱਦਾਂ ਚੰਗੀ ਤਰ੍ਹਾਂ ਪੀਣ। ਆਹ ਜਿਹੜਾ ਪਾਣੀ ਹੋਣਾ ਨਾ ਇਹਦਾ, ਇਹ ਅਸੀਂ ਪੀਣਾ, ਇਹ ਅਸਲ ਜ਼ਹਿਰ ਮਾਨ ਇੱਕ ਜ਼ਹਿਰ ਇਹ। ਤੁਹਾਨੂੰ ਦੱਸਿਆ ਹੈ ਕਿ ਜਿਸ ਟਾਈਮ ਇਹਨੂੰ ਇੱਕ ਗੁੱਟ ਬਰਨਾ ਹੈ, ਅਤੇ ਇਹਨੂੰ ਜਿਹੜਾ ਤੁਸੀਂ ਉਸ ਤੋਂ ਬਾਅਦ ਪਾਣੀ ਜਾਂ ਪਾਣੀ ਪੀਸੋ ਜਾਂ ਜਿਹੜਾ ਖੰਡ ਉਹ ਖਾਸੋ, ਪਾਣੀ ਹੋਰ ਜ਼ਿਆਦਾ ਪਾ, ਕਿਉਂਕਿ ਚੰਗੀ ਤਰ੍ਹਾਂ ਇੱਥੇ ਕਿਨਾਰਿਆਂ ਤੀਕਰ ਪਾਣੀ ਕਰ ਦੇ। ਬਸ
ਬਸ ਹੁਣ ਜਿੰਨਾ ਇਹਨੂੰ ਅੱਗ ਤੇ ਧਰਨੇ ਆ ਤੇ ਇਹ ਚੰਗੀ ਤਰ੍ਹਾਂ ਹੂੰ ਅੰਮਾ ਪੈਣੀ ਦੋ ਇੱਕ ਜਿੰਨਾ ਬੈਡ ਨਿਊਜ਼ ਏ ਇਹਨੂੰ ਅਸੀਂ ਜਾਣਨਾ ਭੇਂ ਕੇ ਰੱਖ ਦੇਣਾ ਇਹਨੂੰ ਅੱਗ ਤੇ ਹੀ ਅਜੇ ਤੀਕਰ ਨਹੀਂ ਰੱਖਣਾ ਦੋ ਦੇ ਇਹਨੂੰ ਇੱਦਾਂ ਪੈ ਰਹਿਣਾ ਅਤੇ ਫਿਰ ਜਾਣਨਾ ਤੀਜੇ ਦੇ ਅੱਗ ਤੇ ਰੱਖਣਾ ਇਹਦਾ ਅਤੇ ਇੱਦਾਂ ਜਾਣਨਾ ਚੁੰਨੀ ਨਾਲ ਵਲੇਟ ਕੇ ਬਿਨਾਂ ਵਿੱਚ ਮੱਖੀ ਮੁੱਖੀ ਆ ਮੱਖੀ ਮੁੱਖੀ ਨਾ ਜਾਵੇ ਇਹ ਨਾ ਹੋਵੇ ਕਿ ਫਿਰ ਉਹ ਮੱਖੀ ਤੁਹਾਡੇ 'ਤੇ ਰਿਪੋਰਟ ਕੀਤੀ ਖਲੋਤੀ ਆ ਮੇਰਾ ਮੇਦਾ ਸੈੱਟ ਕਰ ਦਿੱਤਾ ਤੁਸੀਂ ਇਹ ਮੇਦੇ ਸੈੱਟ ਕਰਦੇ ਨੇ चोरी करके जाना अपनी चाहने वीडियो इन्हों की मैं चार ली अगे रात कनैक्ट हो रही है हूं आया तो कोई कनैक्ट नहीं पता नहीं की मसला है तो मजियां जन्ना छां के कन्या मजियां जन्ना नवी आंदियां दरखत जन्ना निम इन छां से कर दें थले क्योंकि जन्ना फिर सड़े ना इन्ह का वाहन ना खराब हो छिपके करने आए एक बे सब दो यानी मंजियां छां ते अद्धा भला कहना कि वीडियो सिंग लिए शेयर एंड लाइक एंड सबसक्राइब जरूर कर देना ते दो में याद रखना अल्लाह।